एक गल है भी इंदू पहला जिते मैच लगे है सारे यूपी कहने मैच लगे है अज इतिहास में पहला दसा भी बनते भी है गोविंदगढ़ इतिहास टुटते भी है हुण पता लगना भी हां जी वीरे किहो जिहा बन गया है 19 नंबर हां जी वीरे लिखो जाइए चलो सारे भरा के वाह मुंडे ओ इथे रख वड्डियां गल्लां बातां वॉलीबॉल यूनियन फायर भेजता है जसविंदर ढिल्लों वालों स्वागत है जी हाँ जी कहते पंडित आया होया है हाँ जी अनोख ढिल्लों कनेडा कौन उधर साडे अनोख ढिल्लो जी वाह जी वाह रवि कुमार बहुत धन्यवाद वीरे चंद्रमणि मलिक थैंक यू चंद्रमणि सही है लाइव अपना सही चलिए बहुत बहुत धन्यवाद जेडे जेडे भरावां ने स्टार भेजे तरफ दुनिया के बड़े मन पुजे हुए है एक पासे यूपी और दूजे पासे पंजाब है एक खिलाड़ी कहते राजस्थान के बार्डर तो आया ढाबा बिलकुल लास्ट पिंड है पंजाब का राजस्थान की कहते हद लगती है सामने मुंडा ढाबा अज यूपी की टीम नजारे बने खड़े चन्ना बैठा है कालू बैठा दिल्ली वाली मिठू आया होया है ਉਹਨਾਂ ਦਿਨਾਂ ਚੱਤ ਕਰਾਈ ਹੈ ਜਿਹੜੇ ਸਮਿਆਂ ਬਸ ਨੂੰ ਉਹਨਾਂ ਸਮਿਆਂ ਚੱਤ ਕਰਵਾਤੀ ਜਿੱਤੇ ਨੇ ਕਦੇ ਮੇਰੇ ਅਰਗੇ ਬਸ ਨੂੰ ਪੀ ਗਿਆ ਕਰਦੇ ਸੀਗੇ ਥੋੜਾ ਜਿਹਾ ਸਾਈਡ ਦੇ ਹੱਥ ਕਿਰਪਾ ਕਰਕੇ ਥੋੜੀ ਥੋੜੀ ਜਗ੍ਹਾ ਛੱਡੋ ਦੀ ਵੀ ਸਾਨਾਂ ਦੀਆਂ ਟੱਕਰਾਂ ਜੇ ਦੇਖਣੀਆਂ ਦੇ ਬਹਿ ਜਾਓ ਲੋਕੋ ਛੱਡ ਕੇ ਪਹਿਲੀ ਸਾਹਸ ਕਰਦੇ ਲਈ ਮੁੰਡਾ ਤਿਆਰ ਆਵੇ ਤਾੜੀ ਮਾਰ ਕੇ ਸਵਾਦ ਕਰੇ ਕੌਰੀ ਦੋਨੋਂ ਟੀਮਾਂ ਦਾ ਆਪ ਮੁੰਡਾ ਛੋਟੂ ਮਾਜਰਾ ਯੂਪੀ ਦੇ ਵਿੱਚ ਮੁੰਡੇ ਦਾ ਮਾਜਰਾ ਪਿੰਡ ਦਾ ਛੋਟੂ ਨਾਮ ਹੈ ਪਰ ਇਹਦੀ ਖੇਡ ਬੜੀ ਵੱਡੀ ਹੈ ਔਰ ਸਾਹਮਣੇ ਪਹਿਲਾ ਯੂਪੀ ਵਾਲੇ ਰੋਕਣਾ ਔਖਾ ਹੋਜੂਗਾ ਪਹਿਲੀ ਸਫਲਤਾ ਕਹਿੰਦੇ ਢਾਬਾ ਵਾਲੇ ਸ਼ੇਰੂ ਨੇ ਜੋੜਤੀ ਹੈ ਜਿਹੜਾ ਖਿਡਾਰੀ ਸ਼ੇਰੂ ਛੋਟੂ ਦੇ ਅੱਗੇ ਖੜਾ ਇਹ ਮੁੰਡੇ ਨੂੰ ਦੁਨੀਆ ਵਾਲੀਬਾਲ ਦਾ ਉਸਤਾਦ ਕਹਿੰਦੀ ਹੈ ਇਹ ਆ ਮੇਰੇ ਮਿੱਤਰੋ ਯੂਪੀ ਸ਼ਾਸਤਰੀ ਆ ਦੁਨੀਆ ਕਲਾਕਾਰ ਕਹਿੰਦੀ ਹੈ ਦੇ ਵਿੱਚ ਢਾਬਾ ਵਾਲਾ ਸ਼ੇਰੂ ਤੇ ਖੱਬੇ ਪਾਸੇ ਮੁੰਡਾ ਲੱਭ ਆ ਮੁੰਡੇ ਦੇ ਕਹਿੰਦੇ ਡਿਫੈਂਸ ਦੇ ਚਾਚੇ ਕਹਿੰਦੇ ਵੱਡੇ ਵੱਡੇ ਚਰਚੇ ਹੈ ਉਧਰ ਬਰਸਾਤ ਸਾਡਾ ਵੀਰ ਕਹਿੰਦਾ ਜੇ ਪੰਜ ਨੰਬਰਾਂ ਤੋਂ ਥੱਲੇ ਥੱਲੇ ਰੱਖਦਾ ਸੇਰੂ ਪੰਜ ਸੌ ਦੇ ਨਾਲ ਮੁੰਡੇ ਦਾ ਮਾਣ ਕਰ ਦਿਆਂਗੇ ਕਿਆ ਬਾਤ ਆ ਯਾਰ ਘੋੜੇ ਦੀਆਂ ਗੱਲਾਂ ਬਾਤਾਂ ਵੀ ਆ ਗਿਆ ਗੋਂਦ ਵਾਲੀਆਂ ਗੁਆਂਢੀ ਪਿੰਡ ਹੈ ਕਹਿੰਦੇ ਗੋਂਦ ਵਾਲ ਤੇ ਗਜਾਂਦੀ ਹੋਣੀ ਹੈ ਮੈਨੂੰ ਲੱਗਦਾ ਵੇਰੇ ਫਿਰਦੇ ਆ ਨਾਲੇ ਬਾਬਾ ਰੀ ਮੁੰਡੇ ਅੱਜ ਵੇਰੇ ਫਿਰਦੇ ਆ ਆਓ ਸਾਹਮਣੇ ਮੇਰੇ ਮਿੱਤਰੋ ਗੱਲਬਾਤ ਕੋਈ ਮੈਨੂੰ ਵੱਡੀ ਲੱਗਦੀ ਆ ਕਸਲਾ ਕੋਈ ਵੱਡਾ ਬਣ ਗਿਆ ਸ਼ਹਿਬਾਜਪੁਰੇ ਵਾਲਿਆ ਆਓ ਜੋੜ ਨੰਬਰ ਆਪਣੀ ਟੀਮ ਦੇ ਲਈ ਹੈ ਮੈਚ ਟਾਪਦਾ ਆਓ ਸਾਹਮਣੇ ਕੌਣ ਜਿੱਤ ਕੇ ਆਉਂਦਾ ਬੱਲੇ ਬੱਲੇ ਇਹਦੇ ਟਾਈਮ ਦੀਆਂ ਗੱਲਾਂ ਹੋਣਗੀਆਂ ਮੇਰੇ ਮਿੱਤਰੋ ਆ ਇੱਥੇ ਸਾਡਾ ਵਧੀਆ ਵਧੀਆ ਵੀਰੇ ਆਈ ਫੇਰ
ਲਟਕਾਣਿਆ ਗੱਡੀ ਅੱਡ ਫੇਰ ਗੱਡੀ ਅੱਡ ਫੇਰ ਪਿੰਡਿਆ ਲਾਗੀ ਆ ਆਓ ਮੇਰੇ ਮਿੱਤਰੋ ਲਾਗੀ ਆ ਗੱਡੀ ਪੱਟਿਆ ਤੇ ਗੱਡੀ ਦੇ ਵੱਟੇ ਲਾਣ ਹੋਇਆ ਤੇ ਬਾਈ ਮੈਨ ਖੜਕਣਾ ਧਾਣੀ ਦੇ ਮਾਰੇ ਰੇ ਆਓ ਚਰਚੇ ਮੇਰੇ ਮਿੱਤਰੋ ਵੱਡੇ ਆ ਮੈਨੇ ਓਏ ਪਾਸੇ ਅੱਜ ਤੂਫਾਨ ਆਪਣੀ ਆਇਆ ਹੋਇਆ ਆਓ ਸਾਹਮਣੇ ਨਾਲ ਮਜਿੰਦਰ ਦੇ ਬਾਬਾ ਤੇ ਸੜੀ ਨੂੰ ਕਹਿੰਦਾ ਮੈਂਡੀ ਸ਼ਰਮਾ ਵੀ ਆਪਾਂ ਗੱਡੀ ਦੇ ਦਾਂਗੇ ਪਰ ਨੰਬਰ ਪੰਜਾਬੋ ਘੱਟ ਘੱਟ ਰਹਿਣੇ ਚਾਹੀਦੇ ਆ ਆਓ ਖੇਡ ਦੇ ਮੈਦਾਨ ਦੇ ਵਿੱਚ ਟੱਕਰ ਵੱਡੀ ਆ ਛੋਟੂ ਮਾਜਰਾ ਟਰਾਈ ਤੇ ਕਰਦਾ ਖੇਡ ਦੇ ਮੈਦਾਨ ਦੇ ਵਿੱਚ ਇੱਥੇ ਰੱਖ ਦੋਨੋਂ ਟੀਮਾਂ ਤਗੜੀਆਂ ਨੇ ਲੈ ਵੀ ਦਸੋਂਦੀ ਤਲਵੰਡੀ ਵਾਲਾ ਇੱਕ ਵੱਡਾ ਲਾਣ ਇੱਥੇ ਦਿਨ ਦਾ ਫਾਈਨਲ ਜਿੱਤ ਗਿਆ ਮੈਂ ਜਿੱਤ ਗਿਆ ਡੇਢ ਲੱਖ ਦੀ ਕੀਮਤ ਵਾਲਾ ਬੋਲਟ ਦਿੱਤਾ ਜਾਣਾ ਦਿਲਪ੍ਰੀਤ ਵੱਖਰਾ ਵੀ ਤੇਰੇ ਲਈ ਬੁਲਟ ਲਿਆ ਮੈਂ ਇਸੇ ਹੀ ਸਾਲ ਬਣ ਗਈ ਤੇ ਬਹਿ ਜਾ ਤੂੰ ਛਾਲ ਮਾਰ ਕੇ ਵੱਡੀਆਂ ਗੱਲਾਂ ਬਾਤਾਂ ਵਾਲੀਬਾਲ ਸ਼ੂਟਿੰਗ ਔਨ ਫਾਇਰ ਪੇਜੀਆਂ ਗੱਲਾਂ ਬਾਤਾਂ ਪਰ ਮੈਂਡੀ ਸ਼ਰਮਾ ਦੀ ਸਮਝਾਉਣਾ ਭੈਣਾ ਮੁੰਡਿਆਂ ਨੂੰ ਵੀ ਆਹ ਮੈਚ ਤੇ ਅੱਜ ਤੇ ਗੱਲ ਹਿੰਟ ਵਾਲੀ ਬਣ ਗਈ ਮੇਰੇ ਕਸਰਾ ਆ ਬੰਦੇ ਅੱਜ ਨੀ ਡਰਾਪਰੇ ਲਾ ਕੇ ਸਸਤ ਨੀ ਲੱਗਦਾ ਕਿਉਂਕਿ ਮੁੰਡੇ ਭੇਤ ਪਾਈ ਫਿਰਦੇ ਆਓ ਭੁੱਲੇ ਭੱਲੇ ਛੋਟੂ ਆਰੇ ਵਾਲਾ ਪ੍ਰਭਾਵ ਮੇਰੇ ਮਿੱਤਰੋ ਟੀਮਾਂ ਤਗੜੀਆਂ ਨੇ ਆਓ ਛੇਵਾਂ ਨੰਬਰ ਆਓ ਤਜਿੰਦਰਾ ਮੈਨੂੰ ਤੇਰਾ ਹੀ ਪਿਆਰਾ ਤਜਿੰਦਰਾ ਤੂੰ ਤਗੜਾ ਰਹੀ ਮੈਨੂੰ ਲੱਗਦਾ ਵੀ ਆਹ ਮੁੰਡਿਆਂ ਦੀ ਅੱਖ ਤੇਰੇ ਤੇ ਆਓ ਖੇਡ ਦੇ ਮੈਦਾਨ ਦੇ ਵਿੱਚ ਬੱਲੇ ਬੱਲੇ ਹੋਈ ਪਈ ਆ ਗੱਲ ਕੱਲੀ ਕੱਲੀ ਗੀਤਾਂ ਚੋਈ ਪਈ ਸ਼ੌਕੀ ਹੁੰਦੇ ਫੋਰਡ ਬੁਲਟ ਤੇ ਜੱਟਾਂ ਦੇ ਸ਼ੌਕੀ ਹੁੰਦੇ ਫੋਰਡ ਬੁਲਟ ਤੇ ਜੀਪਾਂ ਦੇ ਦਿਲਪ੍ਰੀਤ ਗਿੱਲ ਸਾਡਾ ਬਾਈ ਵੱਸਦਾ ਕੈਨੇਡਾ ਦੇ ਵਿੱਚ ਸੁਧਾਰ ਵਾਲਾ ਉਹ ਕਹਿੰਦਾ ਬੁਲਟ ਦੇ ਜਾਂਗੇ ਜੇ ਮੁੰਡਾ ਪਹਿਲੇ ਨੰਬਰ ਤੇ ਰਹਿੰਦਾ ਛੇ ਦੇ ਇੱਕ ਦੀ ਟੱਕਰ ਲੈ ਵੀ ਸੱਤਿਆ ਕਰਦੇ ਜਿਵੇਂ
ਲਈ ਹੈ ਆ ਨੰਬਰ ਸਤਨਾ ਜੋੜਨ ਲਈ ਮੁੰਡੇ ਤਿਆਰ ਖੇਡ ਦੇ ਮੈਦਾਨ ਦੇ ਵਿੱਚ ਓਕੇ ਓਕੇ ਵਿਜੇ ਮਿਨੇ ਬਾਕੀ ਪਰੇ ਅਰਜ ਜੀ ਜੋ ਫੈਸਲਾ ਸ਼ਾਸਤਰੀ ਮੇਰੇ ਮਿੱਤਰੋ ਘਰ ਦਾ ਵੱਡੀਆਂ ਟਰਾਈਆਂ ਪਰ ਲੈ ਵੀ ਸੁੱਤਿਆ ਹੋਰ ਮਿੱਤਰੋ ਨਜ਼ਾਰਾ ਵੱਖਰਾ ਲੋਕੋ ਉਹਨਾਂ ਸਵਾਦ ਵਾਲੀਬਾਲ ਜੁੜੀਆਂ ਬਾਹਰ ਪੈਸੇ ਵੱਡੀਆਂ ਰੌਣਕਾਂ ਵੱਡੀਆਂ ਰੌਣਕਾਂ ਹੋ ਗਈ ਸ਼ੇਰਾਂ ਦੀ ਸਾਹਮਣੇ ਖੇਡ ਮੈਦਾਨ ਦੇ ਵਿੱਚ ਡਾਕਟਰ ਗਿਆਨਦਾਰ ਹੈ ਮੈਨੂੰ ਲੱਗਦਾ ਵੀ ਜਿਵੇਂ ਗੱਲਾਂ ਬਾਤਾਂ ਸੁਹਾਗਪੁਰ ਵਾਲੇ ਨੇ ਦਿਮਾਗ ਲਾਇਆ ਤੇ ਦੱਸਿਆ ਮੁੰਡਿਆਂ ਨੂੰ ਵੀ ਏਦਾਂ ਨੀ ਏਦਾਂ ਕਰਨੀ ਪੈਣੀ ਆ ਮੇਰੇ ਘਰੋਂ ਬਾਹਰ ਕੰਧਾਂ ਦੇ ਵੱਡ ਵੱਡ ਮੁੜਦੀ ਆ ਮੇਰੇ ਘਰੋਂ ਬਾਹਰ ਕੰਧਾਂ ਦੇ ਵੱਡ ਵੱਡ ਮੁੜਦੀ ਆ ਤੇ ਓਦਾਂ ਸੁਹਾਗਪੁਰਾ ਵੀ ਆਇਆ ਹੋਇਆ ਗੱਲਾਂ ਬਾਤਾਂ ਗੱਲਾਂ ਯੂਐਸ ਹੁੰਦੀਆਂ ਮੁੰਡਿਆਂ ਖੇੜਾ ਵੱਡਾ ਭਰਾ ਗੱਲਾਂ ਜਗਰਾਜ ਦੀਆਂ ਹੁੰਦੀਆਂ ਸਮੇ ਦੀ ਗੱਲ ਹੈ ਪੂਰੀ ਬੱਲੇ ਬੱਲੇ ਸੰਭਾਲੇ ਸਾਤੋ ਜਾਂਦੇ ਕਦੇ ਕੱਖੋ ਹੌਲੇ ਨਾਲ ਕਮਾਈਆਂ ਰਹਿੰਦੀਆਂ ਸਦਾ ਦੀ ਹਲਾਤਰਾ ਦੇ ਬਾਲੇ ਮੰਦਰ ਤੇ ਸਦਾ ਦੀ ਉਹ ਬੰਦਿਆ ਮੇਰੇ ਮਿੱਤਰੋ ਜਨਪ੍ਰੀਤ ਕਹਿਣਾ ਬੁਲਟ ਦੇਣਾ ਤੇ ਮੁੰਡਾ ਤੇਰੇ ਮਿੱਤਰੋ ਭੱਜੇ ਹੀ ਫਿਰਦਾ ਭੱਜਿਆ ਗਾਵਾ ਉੱਡਿਆ ਹੀ ਫਿਰਦਾ ਹੱਥ ਤੇ ਇੱਕ ਦੀ ਟੱਕਰ ਨੰਬਰ 9 ਕਾਰਡ ਜੋੜ ਕੇ ਕਰਵਾਉਂਦਾ ਧੰਨ ਧੰਨ ਮੇਰੇ ਮਿੱਤਰੋ ਇਹਦੇ ਟਾਈਮ ਦੀਆਂ ਗੱਲਾਂ ਹੋਣਗੀਆਂ ਵੀ ਸੌਖੇ ਨਹੀਂ ਉਹ ਯਾਰ ਖੱਟਣੇ ਜਹਾਨ ਤੇ ਲਾਉਣੇ ਪੈਂਦੇ ਆ ਪਿਆਨੇ ਪੀਂਦਾ ਉਹ ਜਿੱਤ ਜਾਂਦੇ ਤੇ ਭੁਗਤਣੇ ਪੈਂਦੇ ਪਰਚੇ ਦੇ ਖਰਚੇ ਫੇਰ ਜਾ ਕੇ ਮਹਿਫਲਾਂ ਚ ਹੋਰ ਚਰਚੇ ਆਓ ਖੜਦੀ ਨੀ ਮੋਸਰੀ ਖੜੋਈ ਪੈਂਦੀ ਆ ਬੱਲੇ ਬੱਲੇ ਹੁੰਦੀ ਨੀ ਖੇਡ ਦਿਖਾਉਣੀ ਪੈਣੀ ਆ ਟੀਚਰ ਲੱਗਿਆ ਹੋਇਆ ਤੇ ਗੱਲਾਂ ਟਿਕਾਣੇ ਮੇਰੇ ਮਿੱਤਰੋ ਆਓ ਸਾਹਮਣੇ ਗੱਲਾਂ ਟਿਕਾਣੇ ਲਾ ਗਿਆ ਲੈ ਵੀ ਸੌਦੀ ਵਾਲਾ ਨੰਬਰ 80 ਪ੍ਰਦੀਪ ਕਰ ਲਿਆ ਪ੍ਰਦੀਪ 9 ਕੈਮਰੇ ਦੇ ਬਿਲਕੁਲ ਸਾਹਮਣੇ ਲੋਕੋ ਇੱਕ ਪੁਆਇੰਟ
ਚੈਨਲ ਦੇ ਪਰਲੀ ਸਾਈਡ 9-1 ਤੂਫਾਨਾ ਤੂਫਾਨ ਫੜ ਕੇ ਵੱਟਦਾ ਮੁੰਡਿਆਂ ਨੇ ਖੜ ਖੜ ਵੇਦੇ ਲੋਕੀ ਸਾਡ ਜੱਟ ਨੂੰ ਕਾਸੂ ਬੇਗੂ ਵਾਲਿਆ ਗਲਤੀ ਨੀ ਕਰਨਾ ਇਹ ਮੁੰਡੇ ਨੂੰ ਐਵੇਂ ਨੀ ਸ਼ਾਸਤਰੀ ਨੇ ਸੱਦਿਆ ਇਹ ਵੀ ਗੱਲਬਾਤ ਜਿਹੜੀ ਹੈ ਵੱਡੀ ਹੈ ਮੇਰੇ ਮਿੱਤਰੋ ਵੀ ਕੋਈ ਨਾ ਕੋਈ ਤੇ ਖੂਬੀ ਹੋਊਗੀ ਜ਼ਰੂਰ ਐਵੇਂ ਧਾਨੀ ਲੋਕੀ ਸਾਧੂ ਕੋਕਰੀ ਵਟਰਾਲਾ ਯਾਰ ਸਰਪੰਚ ਵੀ ਆ ਗਿਆ ਯਾਦ ਕਰਦਾ ਸੀ ਵੀ ਕੋਕਰੀ ਵਟਰਾਲੇ ਨੀ ਦੇਖੇ ਹਾਂ ਕੋਕਰੀ ਵਟਰਾਲੇ ਵੀ ਆ ਗਏ ਵੈਲਕਮ ਵੈਲਕਮ ਵੀਰੇ ਬਾੜੀ ਦੇ ਮੇਲੇ ਦੇ ਸੱਤ ਵਾਰਾਂ ਤੇ ਆਇਆ ਹੈ ਜਵੰਦੇ ਦੀ ਗੱਲ ਹੁੰਦੀ ਹੈ ਮਨ ਬੁੱਟਰ ਦੀਆਂ ਗੱਲਾਂ ਅਭਿਸ਼ੇਕ ਅਮਨਪ੍ਰੀਤ ਬੁੱਟਰ ਬਹੁਤ ਬਹੁਤ ਧੰਨਵਾਦ ਬੁੱਟਰ ਸਾਹਿਬ ਇੱਥੇ ਰੱਖ ਭੋਲਾ ਜਾੜ ਜੀ ਬਹੁਤ ਬਹੁਤ ਧੰਨਵਾਦ ਇੱਲੂ ਹਾਂਜੀ ਹਾਂਜੀ ਵੀਰੇ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਬਿਲਕੁਲ ਬਿਲਕੁਲ ਢੋਲਾ ਬਾਈ ਐਂਡ ਮੈਚ ਹੈ ਪੂਰਾ ਤਕੜਾ ਚੋਟੀ ਦਾ ਮਿਆਂ ਤੇਰਾ ਕੀ ਖਿਆਲ ਹੈ ਸਾਡੀ ਬਣੀ ਵੀ ਜਾਲ ਹੈ ਖਲਾਲ ਹੈ ਵਾਹ ਦੱਸ ਪ੍ਰਿਆ ਮੈਨੂੰ ਲੱਗਦਾ ਵੀ ਮੇਰੇ ਪਿੱਤਰਾ ਫਾਈਨਲ ਜਿਹੜਾ ਪਿਛਲੇ ਸਾਲ ਦੀ ਤਰ੍ਹਾਂ ਤਿਆਰੀ ਫੜਦਾ ਆਪਣੇ ਪਿਆਰਿਆਂ ਦਾ ਆਪਣੇ ਪਿਆਰਿਆਂ ਦਾ ਗਿਆ ਕੀੜੀ ਟੱਪਣੀ ਮੇਰੀ ਕੋਈ ਬ੍ਰਾਹਮਣੇ ਹਿੱਲਣਾ ਯਾਰ ਬ੍ਰਾਹਮਣੇ ਆਹੀ ਮੈਚ ਰਹਿ ਗਿਆ ਇੱਕ ਆਪਣਾ ਸੋਹਣਾ ਵੀਰ ਬਣ ਕੇ ਹੁਣ ਨਾ ਹਿੱਲੋ ਵੀਰ ਬਣ ਕੇ ਪਟਾਕੇ ਪੈਣੀ ਹੈ ਪੂਰੇ ਤਕੜਾ ਮੈਨ ਮੁੰਡਿਓ ਕਾਸੂ ਬੇਗੂ ਆਇਆ ਟਰੈਕ ਤੇ ਰਹੋ ਆਜੋ ਟਰੈਕ ਤੇ ਗੱਗੂ ਗੱਗੂ ਬਠਿੰਡਾ ਗੱਗੂ ਬਠਿੰਡਾ ਭਾਈ ਸੀਰਾ ਕਹਿੰਦਾ ਜੇ ਸੱਤਾ ਨੇ ਜਿੱਤ ਗਿਆ ਤੇ ਆਪਾਂ 1100 ਦੇ ਵੱਡੇ ਮਾਣ ਕਰਦੇ ਆ 1100 ਦੇ ਵੱਡੇ ਮਾਣ ਕਰਨੇ ਆ ਮੇਰੇ ਮਿੱਤਰੋ ਪੱਲੇ ਆ ਗਿਆ ਫੇਰ ਹਲੇ ਮੋਟਰਸਾਈਕਲ ਆਉਂਦਾ ਨੀ ਜੇ ਪੂਰੇ ਮੈਚ 5 ਪਾਲਾਂ ਸਮੈਸ਼ਾਂ ਮਾਰ ਕੇ ਨੰਬਰ ਲੈਂਦਾ ਤੇ ਮੌੜੀ ਭਾਈ ਸਕੂਟਰ ਮੈਂਡੀ ਸ਼ਰਮਾ ਕਹਿੰਦਾ ਤਾੜੀਆਂ ਪਰ ਬਹੁਤ ਚੈਨੀ ਵਾਲੀ ਆ ਮੇਰੇ ਮਿੱਤਰੋ ਜਿਹੜੇ ਮਾਨਸਾ ਦੇ ਮੁੰਡੇ ਨੇ ਕਮਾਲ ਕਰ ਦਿੱਤੀ ਹੈ ਵੀ ਮੋਗੇ ਵਾਲੇ ਫੌਜ ਵਿੱਚ ਬਾਣੇ ਭਰਦੀ ਹੈ ਅੰਮ੍ਰਿਤਸਰ ਗੁਰੂਆਂ ਦੀ ਧਰਤੀ ਹੈ ਆਹ ਲੋਹੇ ਨਾਲ ਮੱਥਾ ਮਾਰਦੇ ਮਲੋੜਦੇ ਹੈ ਤੇ ਮਾਨਸਾ ਦੇ ਜੱਟ ਸੁਲਝਾਉਂਦੇ ਮਸਲਾ ਲੁਧਿਆਣੇ ਆਟੋ ਚੰਡੀਗੜ੍ਹ ਆਸ਼ਕੀ ਹੈ ਮੁੱਕਣਾ ਨੀ ਕਦੇ ਵੀ
देखो अभिषेक की बनता समा दसू शेख चौहान हां जी हांजी शेरू सत्ते बाला लाता 500 भी ਨਸਾ ਜਵਾਨੀ ਦਾ ਤਕੜਾ ਹੋ
ਆਏ ਓਏ ਰੱਬਾ ਆਏ ਓਏ ਮੇਰਿਆ ਮਾਲਕਾ ਕੈਰੀ ਹੋਇਆ ਪਿਆਰ ਕੈਰੀ ਹੋਇਆ ਪਿਆ ਮੇਰੇ ਪ੍ਰਾਣ ਕੀਤਾ ਪਿਆ ਮੇਰੇ ਮਿੱਤਰੋ ਬੱਲੇ 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 ਪਰਦੇ ਯਾਰ ਸਾਂਝਾ ਮੇਰੇ ਗੁਰਿਆ ਰਿਕੋਟ ਘਟਾਪਾ ਹੀ ਹੋਵੇ ਉਹ ਬੱਲੇ ਬੱਲੇ ਗਾਣੇ ਮੇਰੇ ਮਿੱਤਰੋ ਛੋਟੂ ਛੋਟੂ ਆ ਗਿਆ ਢਾਬਾ ਵਾਲਾ ਫੇ ਸਿਆਸੀ ਹਜ਼ਾਰ ਹੋਣਾ ਦੁੱਗ 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 ਤੇ ਬਾਲਾ ਫੇਟਾ ਢਾਬਾਲਾ ਤੇ ਆਏ ਉੱਡਿਆ ਫਿਰਦਾ ਗਰਾਊਂਡ ਚ ਜਿਵੇਂ ਕਾਰ ਤੇ ਫਿਰਦਾ ਹੁੰਦਾ ਐਨ ਚਾਰ ਚ ਫੇਰੇ ਜਿੰਨੇ ਹੋ ਗਏ ਉਹ ਤੇ ਬੋਲਟ ਜਿੰਨੇ ਪੈਸੇ ਹੋ ਗਏ ਠੀਕ ਆ ਤੇ 85-86 ਹਜ਼ਾਰ ਹੋ ਗਿਆ ਬਾਈ ਤੇ ਮੈਂਡੀ ਸ਼ਰਮਾ ਕਹਿੰਦਾ ਜਿਹੜੀ ਘਾਟ ਬਾਲ ਰਹੇਗੀ ਆਪਾਂ ਪੂਰੀ ਕਰ ਦਿਆਂਗੇ ਤੇ ਸੱਤਾ ਮੈਂ ਜਿੱਤ ਗਿਆ ਬੁਲਟ ਦੇ ਦਿਆਂਗੇ ਗੱਲਬਾਤ ਲੱਗਣੀ ਆ ਟਿਕਾਣੇ ਢਾਬਾ ਦਾ ਬੁਲਟ ਤੇ ਸਵਾਰ ਹੋਇਆ ਸ਼ਹਿਬਾਜਪੁਰੀ ਦੀ ਐਲਾਨ ਵੱਡੇ ਹੋ ਗਏ ਆ ਹੁਣ ਕਿਹੜਾ ਖਿਡਾਰੀ ਪਾਉਂਦਾ ਪਟਾਕੇ ਆ ਯੂਪੀ ਵਾਲੇ ਯੂਪੀ ਵਾਲਿਆ ਉਹ ਕਿੱਥੇ ਹੁਣ ਰਹਿੰਦਾ ਲਾਲਾ ਗਿੱਲ ਆ ਮੁੰਡੇ ਯੂਪੀ ਵਾਲੇ ਪਟਾਕੇ ਪੈਂਦੇ ਯੂਪੀ ਦੇ ਹੈਣ ਕਦੇ ਦੋਵੇਂ ਟੀਮਾਂ ਟੋਪ ਦੀਆਂ ਪਰ ਢਾਬਾ ਫਿਰਦਾ ਜਿਵੇਂ ਚਾਰ ਤੇ ਫਿਰਦਾ ਹੁੰਦਾ ਚਾਰ ਚ ਫਿਰੇ ਉੱਡਿਆ ਢਾਬਾ ਤੇ ਘੋੜੇ ਦੀ ਚੜ ਗਿਆ ਸੀ ਆਹ ਦਵਿੰਦਰ ਬਰਾੜ ਬੈਠਾ ਯੂਐਸਏ ਉਹ ਭਾਈ ਸ਼ੇਰੂ ਨੇ ਫਿੱਟ ਦੱਸ ਕਿਵੇਂ ਲੱਗੀ ਆ ਤਾੜੀ ਮਾਰੋ ਜ਼ੋਰਦਾਰ ਬੜਾ ਫਿੱਟ ਖਿਡਾਰੀ ਆ ਘੋੜਾ ਵਾਧੂ ਮਾਸ ਨੀ ਪਿੰਡੇ ਦੇ ਨੰਬਰ ਤੇ ਕੋਕ ਨੂੰ ਵੇਦਾ ਨੀ ਪੀਣਾ ਦੂਰ ਦੀ ਗੱਲ ਆ ਬਰਾੜ ਦਾ ਵੇੜ ਵੇੜ 3-17 ਹੋ ਗਏ ਕੋਈ ਗੱਲ ਨੀ ਬਾਈ ਪਾਣੀ ਵਾਲਾ ਵੀਰ ਸਾਡਾ ਲੰਗਿਆਣੀਆ ਬਾਬਾ ਪਾਣੀ ਪਹੁੰਚਦਾ ਕਰੋ ਜੀ ਪਾਣੀ ਪਿਆ ਦੀ ਨਾਲ ਲੋਟ ਬੱਦੀ ਵਾਲੇ ਬਾਬਾ ਜੀ ਬਹੁਤ ਬਹੁਤ ਧੰਨਵਾਦ ਪਾਣੀ ਵਾਲੇ ਦੋਵੇਂ ਸੇਵਾਦਾਰਾਂ ਦਾ ਇਹਨਾਂ ਕਬੀਲੇਗੜ ਦਾ ਟਾਈਮ ਨਾਲ ਸ਼ੁਰੂ ਕਰਾਇਆ ਵੱਡੀਆਂ ਮੁਬਾਰਕਾਂ ਜੱਗੇ ਰਗੇ ਪਿੰਦੇ ਰਗੇ ਵੀਰਾਂ ਨੂੰ ਬੜੀ ਮਿਹਰ ਹੈ ਕਹਿੰਦੇ ਪਰਮਾਤਮਾ ਦੀ ਜਿਹੜਾ ਖੇਡਿਆ ਜਾ ਰਿਹਾ ਹੈ ਬਈ ਕਿੰਨੀਆਂ ਟੌਪ ਦੀਆਂ ਟੀਮਾਂ ਆਈਆਂ ਕਿੱਡੇ ਤਗੜੇ ਮੈਚ ਲੱਗੇ ਨੇ ਇੱਕ ਟਾਈਮ ਨਾਲ ਮੇਲਾ ਸ਼ੁਰੂ ਕਰਾਇਆ ਵੀਰਾਂ ਨੇ ਇੱਕ ਵਾਰੀ ਸਾਰੀ ਯਾਰ ਪ੍ਰਬੰਧਕ ਵੀਰਾਂ ਦੇ ਨਾਮ ਹੈ ਜ਼ੋਰਦਾਰ ਤਾੜੀ ਮਾਰ ਕੇ ਹੌਸਲਾ ਦੇ ਅਗਲੇ ਸਾਲ ਇਸ ਤੋਂ ਵੀ ਵੱਡੇ ਪ੍ਰਦਾਨ ਕਰਾਂਗੇ ਲਵੀ ਬੂਟੇ ਕਰ ਗੱਲ ਇੰਦਰ ਧਾਲੀਵਾਲ ਆ ਗਿਆ ਪੱਖੋ ਵਾਲੀਆ ਯਾਰ ਯਾਰ ਕਹਿੰਦਾ ਡੇਢ ਲੱਖ ਹੋ ਗਿਆ ਸੱਤਿਆ ਔਰ ਕਾਰਡ ਵੱਡੇ ਹੈ ਡੇਢ ਲੱਖ ਹੋ ਗਿਆ ਸੱਤਿਆ ਡੇਢ ਲੱਖ ਹੋ ਗਿਆ ਵੀ ਮੈਨੂੰ ਪਾਰ ਲੰਘਾ ਦੇਵੇ ਓ ਘੜਿਆ ਮਿੰਟਾਂ ਤੇਰੀਆਂ ਕਰਦੀ ਜਾ ਪਿੱਛੇ ਮੁੜ ਜਾ ਸੋਹਣੀਏ ਨੀ ਇੱਥੇ ਕੋਈ ਨੀ ਤੇਰਾ ਦਰਦੀ ਜਾ ਪਿੱਛੇ ਮੁੜ ਜਾ ਸੋਹਣੀਏ ਨੀ ਇੱਥੇ ਕੋਈ ਨੀ ਤੇਰਾ ਦਰਦੀ ਮੈਨੂੰ ਪਾਰ ਲੰਘਾ ਦੇਵੇ ਘੜਿਆ ਮਿੰਟਾਂ ਤੇਰੀਆਂ ਕਰਦੀ ਪੜ੍ਹਦੇ ਪਾਇਆ ਤੇ ਤੈਨੂੰ ਸੰਤਾ ਕੀ ਨੇ ਆਖਣਾ ਵੱਡੇ ਵੱਡੇ ਮੱਲਾਂ ਦੀ ਵੱਡੀ ਟੱਕਰ ਆ ਇਹ
ਸਵਾਦ ਕਿਹਦੇ ਵੱਖਰਾ ਮੈਚ ਫਾਈਨਲ ਹੈ ਜਿਹੜੀ ਟੀਮ ਜਿੱਤ ਗਈ 35,000 ਤੇ ਮੋਹਰ ਲੱਗਣੀ ਹੈ ਦੂਜੇ ਨੰਬਰ ਤੇ 25,000 ਹੈ ਬੈਸਟਾਂ ਨੂੰ ਕਿਵਜਾ ਕਵਜਾ ਸੋ ਦਿੱਤਾ ਜਾਣਾ ਤੇ ਢਾਬਾ ਵਾਲਾ ਨੇ ਜਿੱਤ ਗਿਆ ਦਿਲਪ੍ਰੀਤ ਕਹਿੰਦਾ ਬੁਲਟ ਦੇਵਾਂਗੇ ਵੱਡੇ ਮਾਣ ਹੋਣੇ ਆ ਵੱਡੇ ਮਾਣ ਹੋਣੇ ਆ ਉਧਰ ਭਾਤੀ ਤੇ ਮਹਿੰਦਾ ਰਾਜਗੜੀ ਆਏ ਹੋਏ ਹੈ ਕਹਿੰਦੇ ਵੀ 1,000 ਸੇਰੂ ਦੀ ਖੇਡ ਤੋਂ ਖੁਸ਼ ਹੋ ਕੇ ਆ ਗਿਆ ਜਿੱਤੇ ਚਾਹੇ ਹਰੇ ਔਰ ਰਾਜਗੜੀਏ ਯਾਰ ਮਿੰਟੇ ਵਰਗੇ ਮਾਪੀ ਵਰਗੇ ਆ ਰਹੇ ਵੱਡਾ ਧੰਨਵਾਦ ਬਹੁਤ ਧੰਨਵਾਦ ਜੀ ਢਾਬਾ ਜਿਹੜੀ 1,000 ਚੱਕ ਵਾਲਾ ਕਨੇਡਾ ਸੇਰੂ ਦੀ ਸਮੈਸ਼ 1100 ਦੀ ਹੋਣੀ ਢਾਬਾ ਲਿਆ ਕੱਲੀ ਕੱਲੀ ਸਮੈਸ਼ ਤੇ ਵੱਡੇ ਵੱਡੇ ਮਾਲ ਗੁਰਜੀਤੀ ਵਰਗੇ ਕੋਸ਼ਿਸ਼ ਕਰਦੇ ਆ ਪਰ ਢਾਬਾ ਵਾਲਾ ਕਹਿਰ ਕਰੀ ਤੁਰਿਆ ਲੈਦਰ ਤੇ ਵੀ ਬੱਲੇ ਬੱਲੇ ਕਰਾਉਂਦਾ ਬੜਾ ਤਕੜਾ ਬਾਲਰ ਆ ਲੈਦਰ ਦਾ ਪਹਿਲਾ ਓਵਰ ਪਾਉਂਦਾ ਫਾਜ਼ਿਲਕਾ ਲਈ ਖੇਡਦਾ ਵੱਡੇ ਚਰਚੇ ਕਰਾਉਂਦਾ ਬੜੀ ਸਪੀਡ ਆ ਥੋੜੀ ਸੱਟ ਲੱਗੀ ਗੋਡੇ ਦੇ ਹੁਣ ਫੇਰ ਕਹਿੰਦੇ ਵਾਪਸੀ ਦੂਜੇ ਪਾਸੇ ਤਜਰਬੇ ਚਾਰ ਖਿਡਾਰੀ ਆ ਬਣੀ ਨੇ ਪਿਛਲੇ ਮੈਚ ਦੁਨੀਆਂ ਦੇ ਦਿਲ ਜਿੱਤੇ ਆ ਮੈਚ ਢਾਬਾ ਲੈ ਉਮੀਦਾਂ ਨੇ ਸੱਦਿਆ ਪਾਣੀ ਫੇਰਦਾ ਆ ਨਜਿੰਦਰ ਆ ਚੇਨੇ ਵਾਲੀ ਆ ਔਰ ਗਰਗ ਬ੍ਰਦਰ ਵੀ ਆਏ ਘੋੜੀ ਥੱਕਦੀ ਨੀ ਹੁੰਦੀ ਘੋੜੀ ਹੰਬਦੀ ਹੁੰਦੀ ਆ ਬਲਦ ਤੋੜਦੇ ਨੀ ਹੁੰਦੇ ਬਲਦ ਹੱਕਦੇ ਹੁੰਦੇ ਆ ਉਹ ਕੁੱਤੇ ਪੀਂਦੇ ਨੀ ਉਹ ਹੁੰਦੇ ਕੁੱਤੇ ਲੱਗਦੇ ਹੁੰਦੇ ਆ ਠੰਡ ਲੱਗਦੀ ਹੁੰਦੀ ਆ ਕਾਪਾ ਛਿੜਦਾ ਹੁੰਦਾ ਨਲਕਾ ਚੱਲਦਾ ਨੀ ਇਹਤੇ ਖੇਡਦਾ ਹੁੰਦਾ ਮਾਝੇ ਸਵਾਹ ਨਾਲ ਧੋਤੇ ਪਾਣੀਆਂ ਜਾਂਦੇ ਆ ਰੋਡ ਸ਼ਹਿਰ ਨੂੰ ਜਾਂਦੇ ਨੇ ਪਹੇ ਢਾਲੀ ਨੂੰ ਜਾਂਦੇ ਆ ਬੜਾਸਾ ਮਾਰਿਆ ਜਾਂਦਾ ਤੇ ਪੱਗ ਬੰਨੀ ਜਾਂਦੀ ਆ ਆਕੜ ਟੁੱਟਦੀ ਨੀ ਹੁੰਦੀ ਆਕੜ ਤੇ ਭੰਨੀ ਜਾਂਦੀ ਆ ਆਕੜ ਟੁੱਟਦੀ ਨੀ ਹੁੰਦੀ ਆਕੜ ਤੇ ਭੰਨੀ ਜਾਂਦੀ ਆ ਦਾਣਾ ਹੋਰ ਹੁੰਦਾ ਲੇਟੀ ਹੋਰ ਹੁੰਦੀ ਆ ਸੰਦੂਕ ਹੋਰ ਹੁੰਦਾ ਤੇ ਪੇਟੀ ਹੋਰ ਹੁੰਦੀ ਆ ਉਹ ਪਾਣੀ ਨੀਰ ਵੀ ਹੁੰਦਾ ਜਲ ਵੀ ਹੁੰਦਾ ਤੇ ਜਲਵਾ ਵੀ ਹੁੰਦਾ ਥੋੜੇ ਸਪਾਈਡਰਮੈਨ ਹੋਊਗਾ ਪਰ ਸਾਡੇ ਨਲੂਆ ਹੁੰਦਾ ਗੱਲਾਂ ਵੱਡੀਆਂ ਨੇ ਪਰ ਸ਼ਹਿਬਾਜਪੁਰੀਆ ਇਹ ਵੀ ਉੱਪਲ ਪਰਿਵਾਰ ਦਾ ਤੇ ਸਰਦਾਰ ਹਰੀ ਸਿੰਘ ਨਲੂਏ ਦਾ ਗੋਤ ਵੀ ਕਹਿੰਦੇ ਉੱਪਲ ਸੀਗਾ ਮੁੰਡਾ ਉੱਪਲ ਦਾ ਵੀ ਜੇ ਨਲੂਆ ਨਾ ਮਰਦਾ ਕੰਮ ਸੀ ਆਇਆ ਕੰਢੇ ਤੇ ਮਹਾਰਾਜਾ ਰਣਜੀਤ ਸਿੰਘ ਨਾ ਜੇ ਪੈਂਦਾ ਮੰਜੇ ਤੇ ਲਾਹੌਰ ਤੇ ਅੱਖਾਂ ਹੁੰਦੀਆਂ ਨਾ ਜੇ ਆਂਢ ਗੁਆਂਢ ਦੀਆਂ ਸਾਡੇ ਗੋਰੇ ਪਾਉਂਦੇ ਪੱਠੇ ਮੇਮਾ ਭਾਂਡੇ ਮਾਰਦੀਆਂ ਆਹ ਫੁੱਲੀ ਵਾਲੀ ਸਨੀ ਕਮਾਲ ਦਾ ਨੰਬਰ ਜੁੜ ਗਿਆ ਆਹ ਕਰਦਾ ਰਿਹਾ ਗੱਲ ਸੱਤਾ ਤਿਆਰ ਹੈ ਸ਼ਹਿਬਾਜਪੁਰੀਆ ਤਿਆਰ 1.5 ਲੱਖ ਲੱਗਿਆ ਹੋਇਆ ਹਲੇ ਪਤਾ ਕੁਝ ਨੀ ਮੈਚ ਦਾ ਬਾਨਾ ਬਣਾਉਣਾ ਕੀ ਹੈ 1.5 ਲੱਖ ਲੱਗਿਆ ਹੋਇਆ ਆਪਣੀ ਕਹਾਣੀ ਆਪ ਰਜਦਾ ਪਰ ਸਾਹਮਣੇ ਫਿੱਟ ਹੈ ਦੋਵੇਂ ਟੀਮਾਂ ਦੇ 12-12 ਖਿਡਾਰੀ ਕਹਿੰਦੇ ਕਮਾਲ ਦੀ ਖੇਡ ਦੇ ਮਾਲਕ ਆ ਜਿਤਨਾ ਕਿਸੇ ਕਨੇ ਆ ਮੇਲਾ ਗੋਬਿੰਦਗੜ੍ਹ ਦਾ ਅੱਖ ਕੱਲੀ ਕੱਲੀ ਆ ਕਹਿੰਦੇ ਫਾਈਨਲ ਦੇ ਆ ਕੇ ਟਿਕਦੀ ਆ ਅੱਖ ਕੱਲੀ ਕੱਲੀ ਆ ਮੁੰਡੇ ਦੇ ਇਹਨੂੰ ਸਜ਼ਾ ਪਤਾ ਕੀ ਲਾਉਣਗੇ ਇਹਨੂੰ ਕਹਿਣਗੇ ਤੂੰ ਗੱਡੀ ਚਲਾ ਨਜਿੰਦਰਾ ਤੈਨੂੰ ਗੱਡੀ ਚਲਾਉਣ ਲਾਉਣਗੇ ਗਾਣੇ ਸਾਰੇ ਰਾਹ ਧਰਮਪ੍ਰੀਤ ਤੇ ਕੁਲਦੀਪ ਰਸੀਲੇ ਦੀ ਚੱਲੀ ਜਾਣਗੇ ਉਹ ਦੁੱਖ ਮਿੰਤ ਮੁਕੱਦਰਾਂ ਦੇ ਨਾ ਸੱਜਣਾ ਦਾ ਲੱਗਦਾ ਉਹੀ ਚੱਲੀ ਜਾਊਗਾ ਵੱਡੀਆਂ ਅਣਕਾਲਾ ਉਹ ਤਿਆਰੀ ਕਰ ਲਾ ਮਿੱਤਰਾ ਗੱਲਬਾਤ ਤੇਰੇ ਦੇ ਖੜੀ ਆ ਆਹ ਸਾਹਮਣੇ ਸ਼ਾਸਤਰੀ ਆ ਕਹਿੰਦੇ ਮਾਸਟਰ ਆ ਨਿੱਕੇ ਨਿੱਕੇ ਜਵਾਕਾਂ ਨੂੰ ਇਹ ਕਹਿਦੇ ਪੜਾਉਂਦਾ ਨੌਜਵਾਨ ਵੱਡੀ ਚਰਚਾ ਰਹਿੰਦੀ ਯੂਪੀ ਵਾਲੇ ਮੁੰਡੇ ਦੀ ਨਾ ਸਾਹਮਣੇ ਟਰਾਈ ਕੀਤੀ ਜਾ ਰਹੀ ਆ ਦਵੀਦਾਰੇ ਕਰ ਗੱਲ ਪੁੱਛ ਕਿੰਨੇ ਕਿੰਨੇ ਪੁਆਇੰਟ ਹੋ ਗਏ ਤੇ ਦੱਸੀਏ ਆਪਾਂ ਸਾਰਿਆਂ ਵੀਰਾਂ ਨੂੰ ਵੀ ਗੱਲ ਕਿੱਥੇ ਜੇ ਪਹੁੰਚ ਗਈ ਆ ਇਹ ਵੀ ਦੱਸ ਪ੍ਰਦੀਪ ਉਹ ਦੱਸ ਜਾਣੇ ਵਾਲੀ ਆ ਗੱਲ ਕਿੱਥੇ ਜੇ ਖੜੀ ਹੈ ਤੇਰੇ ਮੇਰੇ ਪਿਆਰ ਦੀ 17 ਦੋ ਨੰਬਰ ਹੈਪੀ ਚਾਹ ਲਹਿਰੇਗਾ ਕਿਹਦੇ ਕੀ ਆ ਬਹੁਤ ਸਾਹਮਣੇ ਦੋ ਚਾਰ ਹੈ ਚਾਰ ਹੈ ਜੀ
ਤਕੜਾ ਹੋ ਜਾ ਇੱਕ ਦੋ ਨੰਬਰਾਂ ਦੀ ਖੇਡ ਸ਼ੇਰੂ ਦੀ ਟੀਮ ਯੂਪੀ ਟੀਮ ਫਾਸਟਾ ਜੀ।